ਸਾਹ ਵੀ ਬਹੁਤ ਜ਼ਿਆਦਾ ਚੜ੍ਹਦਾ ਸੀ, ਮੈਂ ਔਖੀ ਬਹੁਤ ਸੀ, ਤੁਰ ਤਾਂ ਮੇਰੇ ਤੋਂ ਬਿਲਕੁਲ ਨਹੀਂ ਸੀ ਹੁੰਦਾ। ਸਰਜਰੀ ਤੋਂ ਪਹਿਲਾਂ ਮੇਰਾ ਵੇਟ 1 ਕੁਇੰਟਲ 9 ਕਿਲੋ ਸੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਬਲਵਿੰਦਰ ਕੌਰ ਗਿੱਲ ਤੋਂ ਪਿੰਡ ਢੁੱਡੀਆ ਤੋਂ ਦੇ ਰਹਿਣ ਵਾਲੀ ਹਾਂ, ਜ਼ਿਲ੍ਹਾ ਮੋਗਾ। ਪਰ ਮੈਂ ਇਸ ਟਾਈਮ ਕੈਨੇਡਾ ਰਹਿ ਰਹੀ ਹਾਂ, 10 ਸਾਲ ਹੋ ਗਏ ਮੈਨੂੰ ਕੈਨੇਡਾ ਰਹਿੰਦੇ ਨੂੰ। ਅਤੇ ਮੈਨੂੰ ਆਪਦੇ ਬਾਰੇ, ਸਰੀਰ ਦੇ ਬਾਰੇ ਬਹੁਤ ਜ਼ਿਆਦਾ ਮੈਨੂੰ ਤਕਲੀਫ ਸੀ, ਪਰ ਕੰਮ ਤਾਂ ਵੈਸੇ ਮੈਂ ਲਗਾਤਾਰ ਹੀ ਕਰ ਰਹੀ ਸੀ। ਕੰਮ ਕਰਦੇ ਹੋਏ ਆਈ ਹਾਂ ਉੱਥੋਂ, ਫਿਰ ਅਸੀਂ ਇੱਥੇ ਮੋਗੇ ਆ ਕੇ ਡਾਕਟਰ ਸਾਹਿਬ ਨੂੰ ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ, ਮੈਂ ਆਪਦੀ ਸਮੱਸਿਆ ਬਾਰੇ ਦੱਸਿਆ ਵੀ ਮੈਨੂੰ ਆਹ ਪਰੇਸ਼ਾਨੀਆਂ ਅਤੇ ਮੇਰਾ ਵੇਟ ਜ਼ਿਆਦਾ ਆ, ਵੇਟ ਕਾਰਨ ਮੇਰਾ ਸਾਹ ਵੀ ਬਹੁਤ ਜ਼ਿਆਦਾ ਚੜ੍ਹਦਾ ਸੀ ਅਤੇ ਮੇਰੀਆਂ ਬੈਕ ਪੈਨ ਵੀ ਸੀ ਅਤੇ ਲੱਤਾਂ ਵੀ ਬਹੁਤ ਜ਼ਿਆਦਾ ਦੁਖਦੀਆਂ ਸੀ। ਅਤੇ ਵੈਸੇ ਕੰਮ ਤਾਂ ਮੈਂ ਕਰੀ ਜਾਂਦੀ ਸੀ, ਪਰ ਮੈਂ ਔਖੀ ਬਹੁਤ ਸੀ, ਤੁਰ ਤਾਂ ਮੇਰੇ ਤੋਂ ਬਿਲਕੁਲ ਨਹੀਂ ਸੀ ਹੁੰਦਾ। ਫਿਰ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਨੂੰ ਦੱਸਿਆ, ਇਹਨਾਂ ਨੇ ਆਪਦੇ ਬਾਰੇ ਦੱਸਿਆ ਵੀ ਇਸ ਤਰ੍ਹਾਂ ਵੀ ਤੁਹਾਨੂੰ ਬਾਅਦ 'ਚ ਕੋਈ ਪਰੇਸ਼ਾਨੀ ਨਾ ਆਊਗੀ, ਵੀ ਵਜਨ ਦੇ ਨਾਲ ਕਰਕੇ ਹੀ ਆ। ਹੋਰ ਮੇਰੇ ਇਹਨਾਂ ਨੇ ਟੈਸਟ ਵਗੈਰਾ ਕੀਤੇ, ਵਿੱਚ ਕੋਈ ਵੀ ਸਮੱਸਿਆ ਨਹੀਂ ਆਈ। ਜੋ ਮੈਨੂੰ ਰੋਗ ਸੀ ਉਸ ਪੱਖੋਂ ਮੈਂ ਬਿਲਕੁਲ ਠੀਕ ਸੀ। ਮੈਂ ਡਾਕਟਰ ਸਾਹਿਬ ਕੋਲ ਆਈ, ਚੈੱਕਅਪ ਕਰਾਇਆ, ਇਹਨਾਂ ਨਾਲ ਗੱਲਬਾਤ ਕੀਤੀ, ਬਾਅਦ 'ਚ ਮੈਂ ਸਰਜਰੀ ਕਰਾ ਲਈ ਆ। ਸਰਜਰੀ ਤੋਂ ਪਹਿਲਾਂ ਮੇਰਾ ਵੇਟ 1 ਕੁਇੰਟਲ 9 ਕਿਲੋ ਸੀ, ਬਾਅਦ ਵਿੱਚ ਹੁਣ ਇਸ ਵਕਤ ਮੇਰਾ 10-12 ਕਿਲੋ ਵੇਟ ਘੱਟ ਚੁੱਕਾ ਹੈ। ਕੋਈ ਮੈਨੂੰ ਪ੍ਰੋਬਲਮ ਨਹੀਂ, ਮੈਂ ਬਿਲਕੁਲ ਠੀਕ ਹਾਂ, ਵਧੀਆ ਖਾਈ ਪੀ ਜਾਂਦੀ ਹਾਂ, ਵਧੀਆ ਮੈਂ ਵਾਕ ਕਰਦੀ ਹਾਂ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਜੇ ਤੁਹਾਨੂੰ ਵੀ ਕਿਸੇ ਭੈਣ ਭਰਾ ਨੂੰ, ਤੁਸੀਂ ਕੈਨੇਡਾ ਬੈਠੇ ਹੋ, ਕਿਸੇ ਹੋਰ ਦੇਸ਼ 'ਚ ਬੈਠੇ ਹੋ, ਕਿਤੇ ਵੀ ਹਾਂ, ਤੁਹਾਨੂੰ ਇਹੋ ਜਿਹੀਆਂ ਪਰੇਸ਼ਾਨੀਆਂ ਆਉਂਦੀਆਂ, ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ। ਮੇਰੀ ਉਮਰ ਹੁਣ 65 ਸਾਲ ਦੀ ਆ, 65 ਸਾਲ 'ਚ ਮੈਂ ਸਰਜਰੀ ਕਰਾਈ ਆ। ਮੈਂ ਇੰਨਾ ਮੇਰੇ 'ਚ ਹੌਂਸਲਾ, ਮੈਂ ਚਾਹੁੰਦੀ ਹਾਂ ਵੀ ਹੁਣ ਦੁਬਾਰੇ ਜਾ ਕੇ ਫਿਰ ਕੰਮ ਕਰੂੰਗੀ। ਕੰਮ 'ਚ ਤਾਂ ਮੈਨੂੰ ਕੋਈ ਦਿੱਕਤ ਹੈ ਹੀ ਨਹੀਂ ਗੀ, ਘਰੇ ਵੀ ਮੈਨੂੰ ਨੋ ਪ੍ਰੋਬਲਮ, ਇਹੋ ਜਿਹੀ ਕੋਈ ਗੱਲਬਾਤ ਨਹੀਂ ਵੀ ਮੈਂ ਕੰਮ ਨਹੀਂ ਕਰਨਾ। ਸਮਾਂ ਮੈਨੂੰ ਮੰਜੇ 'ਤੇ ਪੈਣਾ ਬਹੁਤ ਔਖਾ ਲੱਗਦਾ, ਮੈਂ ਚਾਹੁੰਦੀ ਹਾਂ ਵੀ ਮੈਂ ਕੰਮ ਕਰਾਂ, ਕੰਮ ਕਰਨਾ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਇਸ ਲਈ ਇਹਨਾਂ ਦਾ ਹੁਣ ਹੋਰ ਵੀ ਇਸ ਤੋਂ ਵੱਡਾ ਹੋਸਪਿਟਲ ਬਣ ਚੁੱਕਾ ਹੈ, ਤੁਸੀਂ ਵੀ ਆ ਕੇ ਆਸਾਨੀ ਨਾਲ ਉਹਦਾ ਇਲਾਜ ਕਰਾ ਸਕਦੇ ਹੋ। ਬਹੁਤ ਵਧੀਆ ਹੋਸਪਿਟਲ ਆ, ਬਹੁਤ ਵਧੀਆ ਇੱਥੇ ਕਰਮਚਾਰੀ ਆ, ਸਾਰੇ ਕੰਮ ਕਰਦੇ ਆ, ਭੈਣਾਂ ਭਰਾ ਵਾਂਗੂ ਰਹਿੰਦੇ ਹਾਂ, ਅਸੀਂ ਰਹੇ ਹਾਂ ਇੱਥੇ ਹੋਸਪਿਟਲ, ਸਾਨੂੰ ਕੋਈ ਦਿੱਕਤ ਨਹੀਂ ਆਈ ਕਿਸੇ ਕਿਸਮ ਦੀ ਵੀ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਤੁਹਾਨੂੰ ਕੋਈ ਪਰੇਸ਼ਾਨੀ ਕਰਨ ਦੀ ਲੋੜ ਨਹੀਂ, ਆ ਕੇ ਆਪਦਾ ਡਾਕਟਰ ਅਮਿਤ ਤੋਂ ਆਪਦਾ ਇਲਾਜ ਕਰਾ ਸਕਦੇ ਹੋ। ਤੁਸੀਂ ਡਰੋ ਨਾ, ਡਰਨ ਦੀ ਕੋਈ ਲੋੜ ਨਹੀਂ, ਜ਼ਿੰਦਗੀ ਆ ਤਾਂ ਸਾਰਾ ਕੁਝ, ਜ਼ਿੰਦਗੀ ਨਹੀਂ ਤਾਂ ਕੁਛ ਵੀ ਨਹੀਂ। ਆਪਾਂ ਇਹੀ ਕਹਿੰਦੇ ਹਾਂ ਭੈਣ ਭਰਾਵਾਂ ਨੂੰ ਵੀ ਆਓ ਅਤੇ ਆਪਦਾ ਆ ਕੇ ਇਲਾਜ ਕਰਾਓ।